ਪ੍ਰਾਈਮੇਸ਼ਾ ਟੀਵੀ ਦਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਆਪ ਸਭ ਦੇ ਰੂਬਰੂ ਹੋ ਗਿਆ ਮੈਂ ਹਾਂ ਨਵਜੀਤ ਖਬਰਾਂ ਤੇ ਹਰ ਰੋਜ਼ ਦੀ ਤਰ੍ਹਾਂ ਚਰਚਾ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਪਾਂ ਸਭ ਬਹੁਤ ਬਹੁਤ ਸਵਾਗਤ ਜੀ ਪੰਸਾਬ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ 100 ਦਿਨਾਂ ਵਿੱਚ 100 ਦਿਨ ਦੀ ਯਾਤਰਾ ਕਰਨੀ ਹੈ ਤੇ ਵਕ ਵਕ ਥਾਵਾਂ ਤੇ ਜਾ ਕੇ ਮੁੱਦਿਆਂ ਦੀ ਗੱਲ ਵੀ ਹੋਏਗੀ ਜਾਂ ਫਿਰ ਕੱਲਾ ਉਮੀਦਵਾਰੀ ਐਲਾਨ ਕੇ ਕੰਮ ਰੁਕ ਜਾਏਗਾ ਨੇ ਇਹ ਗੱਲ ਨੇ ਸੁਖਬੀਰ ਸਿੰਘ ਬਾਦਲ ਪਿਛਲੇ ਸਮੇਂ ਦੇ ਵਿੱਚ ਸਿਆਸੀ ਪੱਖ ਤੋਂ ਤਕਰੀਰਾਂ ਕਰਨ 'ਚ ਥੋੜਾ ਬਹੁਤ ਸੁਧਾਰ ਕਰ ਗਿਆ ਜੀ ਲੱਗਦਾ ਇਹ ਹੈ ਕਿ ਉਹਨੂੰ ਕੋਈ ਸਲਾਹਕਾਰ ਚੰਗੇ ਮਿਲ ਗਏ ਲੋਕਾਂ 'ਚ ਚਰਚਾ ਹੈ ਕਿ ਸਲਾਹਕਾਰ ਚੰਗੇ ਮਿਲ ਗਏ ਹੁਣ ਉਹ ਜਦੋਂ ਬੋਲ ਲੱਗਦਾ ਇਹ ਵੱਖਰੀ ਗੱਲ ਹੈ ਕਿ ਗ੍ਰਾਮਰ 'ਚ ਅਜੇ ਵੀ ਅਟਕਦਾ ਹੂੰ ਇਹ ਵੱਖਰੀ ਗੱਲ ਹੈ ਕਿ ਕਦੇ-ਕਦੇ ਜਿਹੜੇ ਤੱਥ ਨੇ ਜਿਹੜੇ ਫੈਕਟ ਨੇ ਉਹਨਾਂ ਤੋਂ ਆਸ-ਪਾਸੇ ਚਲਾ ਜਾਂਦਾ ਪਰੇਕਲ ਪੱਕੀ ਹੈ ਕਿ ਸਿਆਸੀ ਨੁਕਤੇ ਸਾਰੇ ਦੇ ਸਾਰੇ ਉਹ ਲੈਂਦਾ ਬੋਲੀ ਦੇ ਵਿੱਚ ਅਜੇ ਵੀ ਅਬੈਡ ਪੁਣਾ ਹੈਗਾ ਕਿਸੇ ਦੇ ਬਾਰੇ ਬੋਲਣ ਲੱਗਿਆ ਇਸ ਗੱਲ ਦੀ ਚਿੰਤਾ ਨਹੀਂ ਕਰਦਾ ਕਿ ਅਗਲੇ ਦੀ ਪੱਗ ਲੱਥੇਗੀ ਹੂੰ ਜਾਣ ਬੁਝ ਕੇ ਵੀ ਕਈ ਵਾਰ ਲਾਉਂਦਾ ਜੀ ਪਰ ਨੁਕਤੇ ਸਾਰੇ ਲੈਂਦਾ ਹੁਣ ਉਹਨੇ ਜਿਸ ਤਰ੍ਹਾਂ ਪਿਛਲਿਆਂ ਦਿਨਾਂ ਦੇ ਵਿੱਚ ਐਸ ਸਰਕਾਰ ਕਾਂਗਰਸ ਵਾਲੀ ਕੈਪਟਨ ਅਮਰਿੰਦਰ ਸਿੰਘ ਵਾਲੀ ਦੇ ਨੁਕਤੇ ਗਣਾਗਣਾ ਕੇ ਨੁਕਸ ਕੱਢਿਆ ਅਭੀ 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 ਉਹ ਨੁਕਸ ਲੋਕਾਂ ਨੂੰ ਵੀ ਪਤਾ ਨੇ ਇਹ ਤਾਂ ਦੁੱਖ ਦੀ ਰਗ ਤੇ ਹੱਥ ਰੱਖਦਾ ਜੀ ਇੱਕ ਅਨਰਜੀ ਵਜੀਫੇ ਚੱਲਦੇ ਹੁੰਦੇ ਸੀ ਵਿਦਿਆਰਥੀਆਂ ਦੇ ਇਹ ਸਰਕਾਰ ਦੇ ਵਕਤ ਮਿਲੇ ਨਹੀਂ ਮਿਲੇ ਤੇ ਕਾਲੀ ਭਾਜਪਾ ਦੇ ਵਕਤ ਵੀ ਨਹੀਂ ਸੀ ਜਾਣ ਲੱਗਿਆਂ ਦਿੱਤੇ ਸੀ ਹੂੰ ਪਹਿਲਾਂ ਤੇ ਲੋਕੀ ਮੰਗਦੇ ਰਹਿ ਗਏ ਸੀ ਹੁਣ ਕੀ ਪਤਾ ਕੈਪਟਨ ਅਮਰਿੰਦਰ ਸਿੰਘ ਵੀ ਜੋ ਤਿੰਨ ਮਹੀਨੇ ਰਹਿ ਗਏ ਤੇ ਆ ਉਦੋਂ ਵੰਡ ਦੇਵੇ ਹੋ ਸਕਦਾ ਕੋਈ ਪੱਕਾ ਨਹੀਂ ਪਤਾ ਦੂਜਾ ਉਹਨੇ ਆਖਿਆ ਕਿ ਜਿਹੜੀਆਂ ਜਿਹੜੀਆਂ ਸਹੂਲਤਾਂ ਸਾਡੇ ਵਾਲੇ ਚੱਲਦੀਆਂ ਸੀ ਇਹਨਾਂ ਨੇ ਬੰਦ ਕਰਤੀਆਂ ਸੀ ਅਸੀਂ ਆ ਕੇ ਚਲਾਵਾਂਗੇ ਵੀ ਜਿਹੜੀਆਂ 2002 ਤੋਂ 2007 ਤੱਕ ਅਮਰਿੰਦਰ ਸਿੰਘ ਨੇ ਚਲਾਈਆਂ ਸੀ ਤੁਸੀਂ ਉਹਨਾਂ 'ਚੋਂ ਖਾਸ ਕਰਕੇ ਜਿਹੜੇ ਬਿਜਲੀ ਦੇ ਯੂਨਟ ਸੀ ਘਟਾਉਂਦੇ ਸੀ ਤੇ 2012 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਮਨਪ੍ਰੀਤ ਸੋ ਬਾਦਲਾ ਡੋ ਗਿਆ ਤੇ ਸਿਆਸੀ ਹਾਲਾਤ ਦੇ ਦਬਾਅ ਥੱਲੇ 2011 ਚ ਇਹ ਚੋਣਾਂ ਦੇ ਨੇੜੇ ਜਾ ਕੇ ਤੁਸੀਂ ਫਿਰ ਵਧਾ ਕੇ ਤੇ ਜਿਹੜਾ ਪਿਛਲਾ ਕਟ ਲਾਇਆ ਸੀ ਉਹ ਵੀ ਲੋਕਾਂ ਨੂੰ ਦੇ ਦਿੱਤਾ ਸੀ ਖੁਸ਼ ਕਰ ਦਿੱਤੇ ਸੀ ਜੀ ਇਹਦਾ ਨਾ ਫਾਰਮੂਲਾ ਉਹ ਵੀ ਕਰਦੇ ਆ ਕੰਮ ਇਹ ਹੁਣ ਸਿਆਸੀ ਤੌਰ ਤੇ ਖੇਡ ਬਣ ਗਈ ਹੈ ਕਿ ਚਾਰ ਪੰਜ ਸਾਲ ਕੱਖ ਨਹੀਂ ਕਰਨ ਦੀ ਲੋੜ ਜਦੋਂ ਜਾਨ ਲੱਗੇ ਉਦੋਂ ਫਿਰ फटाफट ਕੰਮ ਚਲਾਓ ਐਸ ਵੇਲੇ ਜਿਹੜੀਆਂ ਸੜਕਾਂ ਪਹਿਲਾਂ ਨਹੀਂ ਬਣੀਆਂ ਅਕਾਲੀ ਭਾਜਪਾ ਨੇ ਵੀ ਚੋਣਾਂ ਦੇ ਨੇੜੇ ਜਾ ਕੇ ਬਣਾਈਆਂ ਸੀ ਤੇ ਇਦਾਂ ਦੀਆਂ ਬਣਾਈਆਂ ਸੀ ਕਿ ਸਾਲ ਡੇਢ ਸਾਲ ਚੱਲ ਜਾਣ ਜਿਹੜੀ ਕਾਂਗਰਸ ਦੀ ਸਰਕਾਰ ਆ ਕੈਪਟਨ ਅਮਰਿੰਦਰ ਸਿੰਘ ਦੀ ਇਹਨਾਂ ਨੇ ਵੀ ਅੱਜ ਕੱਲ੍ਹ ਆ ਕੇ ਬਣਾਉਣੀਆਂ ਸ਼ੁਰੂ ਕੀਤੀਆਂ ਨੇ ਧੜਾ ਧੜ ਬਣ ਰਹੀਆਂ ਨੇ ਜੀ ਮੀ ਵਰਦੇ ਵਿੱਚ ਵੀ ਬਣੀਆਂ ਜਿਹੜੀਆਂ ਅਗਲੇ ਮਹੀਨੇ ਟੁੱਟ ਗਈਆਂ ਨੇ ਹਰ ਪਿੰਡ ਦੇ ਵਿੱਚ ਇੰਟਰਲੋਕਿੰਗ ਟਾਈਲਜ਼ ਲਾਈਆਂ ਜਾ ਰਹੀਆਂ ਨੇ ਉਹਨਾਂ ਚੋਂ ਅਧੀਆਂ ਤੋਂ ਵੱਧ ਟਾਈਲਾਂ ਕਾਂਗਰਸ ਦੇ ਜਿਹੜੇ ਐਮ ਐਲ ਏ ਉਹਨਾਂ ਦੀਆਂ ਆਪਣੀਆਂ ਫੈਕਟਰੀਆਂ ਚੋਂ ਆ ਰਹੀਆਂ ਨੇ ਉਹ ਫੈਕਟਰੀਆਂ ਵੀ ਧੜਾ ਧੜ ਛੇਤੀ ਛੇਤੀ ਆ ਪਿਛਲੇ 2-3 ਸਾਲਾਂ ਚ ਲੱਗੀਆਂ ਨੇ ਕੋਈ ਹਲਕਾ ਇੰਚਾਰਜਾਂ ਨੇ ਵੀ ਫੈਕਟਰੀਆਂ ਲਾਈਆਂ ਜੀ ਉੱਥੋਂ ਮਾਲ ਜਾ ਰਿਹਾ ਪਰ ਉਹ ਮਾਲ ਇਹੋ ਜਿਹਾ ਕਿ 3 ਮਹੀਨੇ ਦੀ ਕੱਢਦਾ ਭੁਰਨਾ ਸ਼ੁਰੂ ਹੋ ਜਾਂਦਾ ਥੱਲੇ ਬਜਰੀ ਦਿਸਣ ਲੱਗ ਪੈਂਦੀ ਹੈ ਤੇ ਚੋਨਾ ਤੱਕ ਤਾਂ ਚਲਣਾ ਨਹੀਂ ਉਹ ਵੀ ਕਰਦੇ ਪਏ ਨੇ ਸੁਖਵੀਰ ਸੋ ਬਾਦਲ ਇਹ ਸਾਰੇ ਨੁਕਤੇ ਲੈ ਰਿਹਾ ਉਹਨਾਂ ਨੁਕਤਿਆਂ ਨੂੰ ਲੈ ਕੇ ਜਦੋਂ ਉਹਨੇ ਲੋਕਾਂ 'ਚ ਜਾਣਾ ਆਪਣਾ ਪ੍ਰੋਗਰਾਮ ਅਜੇ ਉਹ ਬਹੁਤਾ ਨਹੀਂ ਦੇ ਰਿਹਾ ਕਿ ਮੈਂ ਆਹ ਕਰੂੰ ਹਮ ਜੀ ਅਜੇ ਤਾਂ ਇੱਕ ਕਹਿੰਦਾ ਕਿ ਅਸੀਂ ਆ ਕੀਤਾ ਸੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਲਦਾ ਨਹੀਂ ਰੱਖ ਸਕੀ ਤੇ ਅਸੀਂ ਆ ਕੇ ਦੁਬਾਰਾ ਚਲਾਵਾਂਗੇ ਅੱਗੋਂ ਨਵਾਂ ਕੀ ਕਰਨਾ ਸਿਰਫ ਬਿਜਲੀ ਵਾਲਾ ਇੱਕ ਨੁਕਤਾ ਜਿਹਦੇ ਉੱਤੇ ਛੇੜ ਛੇੜ ਗਿਆ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਕਨਵੀਨਰ ਉਹਦੇ ਬਾਅਦ ਕਾਂਗਰਸ ਨੂੰ ਵੀ ਬੋਲਣਾ ਪਿਆ ਨਵਜੋਤ ਸਿੰਘ ਸਿੱਧੂ ਨੂੰ ਵੀ ਤੇ ਕਾਲੀਆਂ ਨੂੰ ਵੀ ਬੋਲਣਾ ਪਿਆ ਇਹਦੇ ਤੋਂ ਸਵਾ ਇੱਕ ਵੀ ਨੁਕਤਾ ਉਹ ਨਹੀਂ ਜਿਹੜਾ ਸੁਖਵੀਰ ਸਿੰਘ ਬਾਦਲ ਨਵਾਂ ਚੁੱਕਦਾ ਹੋਵੇ ਉਹਨੇ ਪ੍ਰੋਗਰਾਮ ਰੱਖ ਲਿਆ ਕਿ 100 ਦਿਨ ਹੁਣ ਮੈਂ ਲੋਕਾਂ ਚ ਘੁਮਣਾ ਸੋਕੇ ਘੁਮਣਾ 117 ਤੇ ਨਹੀਂ ਘੁਮੇ 117 ਹਲਕੇ ਜੀ ਉਹ ਸ਼ਾਇਦ ਸਮਝਦਾ ਹੋਵੇ ਕਿ 100 ਦੇ ਨਹੀਂ ਬਹੁਤ ਆ ਆਪਣੇ ਵਾਲੇ ਦੋ ਤਿੰਨ ਪੱਕੇ ਹਰਕੇ ਆ ਜੀ ਦੋ ਦਦ ਲਾਲੂ 20 ਹਰਕੇ ਬੀਐਸਪੀ ਦੀ ਉਹਨਾਂ ਨੂੰ ਮੈਂ ਛੱਡ ਦੂੰ ਪਰ ਛੱਡਿਆ ਤੇ ਸਰਨਾ ਨਹੀਂ ਉਹਨਾਂ ਆਖਣਾ ਜੇ ਬਾਕੀ ਥਾਂ ਮੈਂ ਤੇ ਘੁਮਿਆ ਤੇ ਸਾਡੇ ਵਾਲੇ ਵੀ ਆ ਜਣਾ ਨੂੰ ਪਉ ਬਿਲਕੁਲ ਅੰਦਰੇ ਅੰਦਰ ਕਈ ਕਿਸਮ ਦੀਆਂ ਗੜਤਨਾ ਵੀ ਨੇ ਅੜਚਣਾ ਵੀ ਨੇ ਉਹ ਜਿੱਥੇ ਜਾਂਦਾ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰੀ ਜਾਂਦਾ ਉਦਾਂ ਪਾਰਟੀ ਜਿਹੜੀ ਹੈ ਲੋਕਤੰਤਰੀ ਢੰਗਾਂ ਨਾਲ ਚੱਲਦੀ ਦੱਸਦੇ ਡੈਮੋਕਰੇਟਿਕਲੀ ਚੱਲਦੀ ਹੈ ਪਰ ਡੈਮੋਕ੍ਰੇਸੀ ਇੰਨੀ ਆ ਕਿ ਨਾ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਆ ਨਾ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਆ ਨਾ ਉਹਦੇ ਤਰ੍ਹਾਂ ਦੀ ਮੀਟਿੰਗ ਹੁੰਦੀ ਆ ਪ੍ਰਧਾਨ ਜੀ ਜਿੱਥੇ ਜਾਂਦੇ ਜਲਸਾ ਕਰਦੇ ਕਹਿ ਦਿੰਦੇ ਇੱਥੇ ਮੈਂ ਫਲਾਣੇ ਨੂੰ ਉਮੀਦਵਾਰ ਐਲਾਨ ਕਰਦਾ ਉਹ ਸਾਡੇ ਵੱਲੋਂ ਵਿਧਾਨ ਸਭਾ ਚੋਣਾਂ ਲੜੇਗਾ ਅਗਲੇ ਸਾਲ ਜੀ ਇਹ ਫੈਸਲਾ ਕਿੱਥੇ ਹੋਇਆ ਸੀ ਕਿਤੇ ਕੋਈ ਫੈਸਲਾ ਨਹੀਂ ਆਪਣੇ ਤੌਰ ਤੇ ਕਰੀ ਜਾ ਰਿਹਾ ਕਾਂਗਰਸੀਆਂ ਦੀ ਲਿਸਟ ਜਿੱਦਣ ਬਣੀ ਇਹਨਾਂ ਨੂੰ ਬਣਾ ਕੇ ਪਹਿਲਾਂ ਦਿੱਲੀ ਭੇਜਣੀ ਪਣੀ ਆ। ਦਿੱਲੀ ਸੁਨੀਆ ਗਾਂਧੀ ਨੇ ਵੱਖਰੇ ਤੌਰ ਤੇ ਲਿਸਟ ਵੇਖਣੀ ਆ। ਪਤਾ ਨਹੀਂ ਉਹਨੂੰ ਉਹ ਸਾਰੇ ਸਮਝੂ ਵੀ ਲੱਗਣੇ ਕਿ ਨਹੀਂ। ਉਹਦੇ ਪੁੱਤਰ ਤੇ ਧੀ ਨੇ ਵੱਖਰੇ ਤੌਰ ਤੇ ਵੇਖਣੀ ਆ। ਫਿਰ ਜਨਰਲ ਸੈਕਟਿਵ ਵੈਨੂੰਗੋਪਾਲ ਵੇਖੂਗਾ। ਉਹਦੇ ਬਾਅਦ ਹਰੀਸ਼ रावत ਨੂੰ ਕਹਿਣਗੇ ਕਿ ਆ ਅਸੀਂ ਮਨਜ਼ੂਰ ਕੀਤੀ ਆ ਤੂੰ ਦਸਤਖਤ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਭੇਜ ਦੇ। ਉਹਨੇ ਚਿਰ ਨੂੰ ਅੱਧਾ ਕੰਮ ਕਾਲੀਆਂ ਕਰ ਜਾਣਾ। ਸੁਖਵੀਰ ਸਿੰਘ ਬਾਦਲਾ ਗੇਤਾ ਲੱਗ ਗਿਆ। ਆਮ ਆਦਮੀ ਪਾਰਟੀ ਵਾਲੇ ਵੀ ਲੱਗੇ ਆ। ਭਾਜਪਾ ਅਜੇ ਤੱਕ ਆਈ ਨਹੀਂ। ਇਹਨਾਂ ਨੂੰ ਸਭ ਤੋਂ ਵੱਡਾ ਫਾਇਦਾ ਇਸ ਗੱਲ ਦਾ ਕਿ ਅਜੇ ਜਦੋਂ ਕਾਂਗਰਸੀ ਆਪਸੀ ਖਾਨਾ ਜੰਗ ਵਿੱਚ ਉਲਝੇ ਕਾਂਗਰਸ ਭਵਨ ਦੇ ਵਿੱਚ ਬਹਿ ਕੇ ਇੱਕ ਦੂਸਰੇ ਦੇ ਖਿਲਾਫ ਦੁਸ਼ਣਬਾਜ਼ੀ ਹੋ ਰਹੀ ਆ। ਉਦੋਂ ਸੁਖਵੀਰ ਸਿੰਘ ਨੇ ਕੰਮ ਸ਼ੁਰੂ ਕਰ ਲਿਆ। ਇਸ ਗੱਲ ਦਾ ਫਾਇਦਾ ਉਹ ਲੈ ਜੂਗਾ। ਹੋਰ ਬਾਕੀ ਤਾਂ ਰਾਜਨੀਤੀ ਜਿਹੜੀ ਆ ਉਹਦੇ 'ਚ ਨਵਾਂ ਉਹ ਕੁਝ ਨਹੀਂ ਪੇਸ਼ ਕਰ ਰਿਹਾ। ਜੀ। ਪੰਸਰ ਨਵਜੋਤ ਸਿੰਘ ਸਿੱਧੂ ਦਾ ਸਲਾਹਕਾਰਾ ਮਾਲਵਿੰਦਰ ਸਿੰਘ ਮਾਲੀ। ਕਸ਼ਮੀਰ ਨੂੰ ਲੈ ਕੇ ਇੱਕ ਬਿਆਨ ਦਿੱਤਾ ਤੇ ਉਸ ਬਿਆਨ ਤੋਂ ਬਾਅਦ ਕਈ ਜਣੇ ਕਹਿੰਦੇ ਆ ਹੁਣ ਸਪਸ਼ਟ ਕੀਤਾ ਜਾਵੇ ਨਵਜੋਤ ਸਿੰਘ ਸਿੱਧੂ ਵੱਲੋਂ ਕਿ ਇਹ ਬਿਆਨ ਕਿਉਂ ਦਿੱਤਾ ਪਰ ਤੁਸੀਂ ਉਸ ਬਿਆਨ ਨੂੰ ਕਿਵੇਂ ਦੇਖਦੇ ਆ ਮਾਲਵਿੰਦਰ ਸੋਮਾਲੀ ਕੋਈ ਬੱਚਾ ਨਹੀਂਗਾ ਜੀ ਉਹਨੂੰ ਅਸੀਂ ਪਿਛਲੇ 40 ਸਾਲਾਂ ਤੋਂ ਰਾਜਨੀਤੀ ਚ ਇਧਰ ਉਧਰ ਬਥੇਰੇ ਹਥਾਵਾਂ ਤੇ ਵੇਖਿਆ ਉਹ ਕਈ ਪੌੜੀਆਂ ਚੜਿਆ ਉਹਨੂੰ ਪਤਾ ਮੈਂ ਕਿਹੜੀ ਗੱਲ ਕਹਿਣੀ ਆ ਤੇ ਕਿਹੜੀ ਨਹੀਂ ਕਹਿਣੀ ਬਿਆਨ ਉਹਨੇ ਕੀ ਦਿੱਤਾ ਕਸ਼ਮੀਰ ਬਾਰੇ ਉਹਦੇ ਬਿਆਨ ਚ ਮੈਂ ਵੀ ਮੋੜ ਮੋੜ ਪੜਿਆ ਮੈਨੂੰ ਤਾਂ ਕੋਈ ਗਲਤ ਨਹੀਂ ਲੱਗਾ ਇਹ ਹੋ ਆਖਿਆ ਕਸ਼ਮੀਰ ਕਸ਼ਮੀਰੀਆਂ ਦਾ ਉਹਨੇ ਇਹ ਤਾਂ ਨਹੀਂ ਕਹਤਾ ਕਸ਼ਮੀਰ ਪਾਕਿਸਤਾਨੀਆਂ ਦਾ ਇਹ ਤਾਂ ਨਹੀਂ ਕਹਿਆ ਕਸ਼ਮੀਰ ਤਾਲਿਬਾਨੀਆਂ ਦਾ ਜੀ ਕਸ਼ਮੀਰ ਕਸ਼ਮੀਰੀਆਂ ਦੇ ਜੇ ਕੱਲ ਨੂੰ ਕੋਈ ਆਖੇ ਕਿ ਪੰਜਾਬ ਪੰਜਾਬੀਆਂ ਦਾ ਤੇ ਇਹ ਚ ਗਲਤ ਕੀ ਆ ਕੀ ਤਾਮਲਾਡੂ ਤਾਮਲਾਂ ਦਾ ਨਹੀਂਗਾ ਮਹਾਰਾਸ਼ਟਰ ਮਰਾਠਿਆਂ ਦਾ ਨਹੀਂਗਾ ਜਦੋਂ ਆਰਐਸਐਸ ਤੇ ਭਾਜਪਾ ਇਹ ਕਹਿੰਦੇ ਆ ਕਿ ਹਿੰਦੁਸਤਾਨ ਹਿੰਦੂ ਰਾਸ਼ਟਰ ਹੋਣਾ ਚਾਹੀਦਾ ਇਹਦੇ ਮਤਲਬ ਕੱਲੇ ਹਿੰਦੂਵਾਂ ਦਾ ਹੋਣਾ ਚਾਹੀਦਾ ਉਹ ਗਲਤ ਨਹੀਂਗਾ ਇਹ ਕਹਤਾ ਵੀ ਕਸ਼ਮੀਰ ਕਸ਼ਮੀਰੀਆਂ ਦਾ ਇਹਦੇ ਵਿੱਚ ਮਾਲਵਿੰਦਰ ਸੋਮਾਲੀ ਬਹੁਤ ਗਲਤ ਹੋ ਗਿਆ ਬਾਦ ਦਾ ਬਤੰਗੜ ਬਦੋਪਦੀ ਬਣਾਇਆ ਜਾ ਰਿਹਾ ਜੀ ਉਸ ਬਿਆਨ ਚ ਮਾਲਵਿੰਦਰ ਸੋਮਾਲੀ ਨੇ ਇਹ ਆਖਿਆ ਕਿ ਕਸ਼ਮੀਰੀਆ ਤੁਸੀਂ ਹਥਿਆਰ ਚੁੱਕ ਲਓ ਉਹਨੇ ਆਖਿਆ ਕਿ ਹਿੰਦੁਸਤਾਨ ਨਾਲੋਂ ਕੱਟ ਕੇ ਵੱਖਰਾ ਕਰ ਦਿਓ ਉਹਨੇ ਇੱਕ ਵਿਚਾਰ ਪੇਸ਼ ਕੀਤਾ ਮੈਂ ਫਿਰ ਦੁਹਰਾ ਕੇ ਆਖੂਗਾ ਜਿਸ ਦਿਨ ਇੰਦਰਾ ਗਾਂਧੀ ਦਾ ਕਤਲ ਹੁੰਦਾ ਉਹ ਦੇਸ਼ ਦੀ ਪ੍ਰਧਾਨ ਮੰਤਰੀ ਸੀ ਉਸੇ ਦਿਨ ਦੁਪਹਿਰੇ ਚੰਡੀਗੜ੍ਹ ਦੇ 17 ਸੈਕਟਰ ਜਿੱਥੇ ਸਭ ਤੋਂ ਵੱਧ ਰੌਣਕ ਹੁੰਦੀ ਹੈ ਹਾਂ ਜੀ ਉਸ ਕਤਲ ਦੀ ਖਬਰ ਆ ਚੁੱਕੀ ਸੀ ਲੋਕੀ ਤੇ ਟਾਣੀਆਂ ਚ ਖਲੋ ਕੇ ਗੱਲਾਂ ਕਰਦੇ ਸੀ ਦੋ ਸਿੱਖ ਨੌਜਵਾਨਾਂ ਨੇ ਖਾਲਿਸਤਾਨ ਦੇ ਨਾਅਰੇ ਮਾਰਤੇ ਪੁਲਿਸ ਨੇ ਫੜ ਕੇ ਉਹਨਾਂ ਤੇ ਕੇਸ ਬਣਾ ਦਿੱਤਾ ਕੇਸ 5-6 ਸਾਲ ਚੱਲਦਾ ਰਿਹਾ ਫਿਰ ਸੁਪਰੀਮ ਕੋਰਟ ਨੇ ਦੋਵੇਂ ਛੱਡ ਤੇ ਤੇ ਸੁਪਰੀਮ ਕੋਰਟ ਨੇ ਆਖਿਆ ਕਿ ਉਹਨਾਂ ਕੋਲ ਇਹਨਾਂ ਦੋਵਾਂ ਦੇ ਮਨਚਕ ਵਿਚਾਰ ਆਇਆ ਇਹਨਾਂ ਨੇ ਕਹਿ ਦਿੱਤਾ ਇਹਨਾਂ ਦੇ ਕੋਲ ਤੁਸੀਂ ਕੋਈ ਹਥਿਆਰ ਵੇਖਿਆ ਕਿਸੇ ਨੂੰ ਗੋਲੀ ਮਾਰਨ ਗਏ ਨਰੇ ਲੈਣਾ ਲੈ ਲਾਤਾ ਇਹਨਾਂ ਨੇ ਉੱਥੇ ਇਹ ਵੀ ਆਖਿਆ ਕਿ ਉਹ ਸਾਡੇ ਨਾਲ ਤਰੂ ਅਸੀਂ ਦੇਸ਼ ਬਦਲਨਾ ਵਾ ਅਸੀਂ ਇਹਨਾਂ ਤੋੜਨਾ ਇਹ ਜੀ ਗੱਲ ਤਾਂ ਉੱਥੇ ਹੋਈ ਕਹਿੰਨੀ ਜੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਜੇ ਦੋ ਜਣਾਂ ਨੇ ਖਾਲਿਸਤਾਨ ਤੇ ਨਰੇ ਮਾਰ ਦਿੱਤੇ ਆ ਤੇ ਇੰਨੀ ਗੱਲ ਦੇ ਉੱਤੇ ਕੋਈ ਦੇਸ਼ ਤਰੂ ਥੜਾ ਹੋ ਗਿਆ ਸੁਪਰੀਮ ਕੋਰਟ ਨੇ ਨਹੀਂ ਸੀ ਮੰਨਿਆ ਕੀ ਕਰੋ ਫਿਰ ਜਿਹੜੇ ਹੁਣ ਮਾਲਵਿੰਦਰ ਸੁਮਾਲੀ ਵਾਲੀ ਗੱਲ ਨੂੰ ਕਹਿੰਦੇ ਆ ਗਲਤ ਹੈ ਉਹ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਕਹਿਣਗੇ ਮੈਂ ਉਹ ਸਾਰੇ ਕੁਝ ਨੂੰ ਛੱਡ ਕੇ ਇੱਕ ਦੂਸਰੀ ਗੱਲ ਪੁੱਛਦਾ 2014 ਦੇ ਵਿੱਚ ਚੋਣਾਂ ਹੋਈਆਂ ਸਨ ਜੰਮੂ ਕਸ਼ਮੀਰ ਦੀਆਂ ਚਾਰ ਧਿਰਾਂ ਚੋਣਾਂ ਸੀ ਪਰ ਚਾਰੀਆਂ ਕੁਝ ਦੇ ਦੋਸ਼ ਲਾਉਂਦੇ ਸੀ ਇੱਕ ਤਾਂ ਸੀ ਸਭ ਤੋਂ ਵੱਡੀ ਕਾਂਗਰਸ ਦੀ ਦੂਜੀ ਸੀ ਨੈਸ਼ਨਲ ਕਾਨਫਰੰਸ ਅਬਦੁੱਲੇ ਪਿਓਪਤ ਦੀ ਜੀ ਤੀਜੀ ਸੀਗੀ ਮੁਫਤੀ ਮੁਹੰਮਦ ਸਾਹਿਦ ਤੇ ਉਹਦੀ ਬੇਟੀ ਮਹਿਬੂਬਾ ਮੋਤੀ ਦੀ ਜਿਹੜੀ ਪੀਪਲਸ ਡੈਮੋਕ੍ਰੈਟਿਕ ਪਾਰਟੀ ਭਾਜਪਾ ਚੌਥੀ ਹੁੰਦੀ ਸੀ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਲੋਕਾਂ ਨੂੰ ਚੁਪਦੀ ਸੀ ਉਹ ਪੀਡੀਪੀ ਸੀ ਮੁfti ਮੁਹੰਮਦ ਸਾਹਿਦtio ਦੀ ਬੇਟੀ ਮਹਿਬੂਬਾ ਮੁਫਤੀ ਦੀ ਪਾਰਟੀ ਜਿਹਨਾਂ ਨੂੰ ਕਹਿੰਦੇ ਸੀ ਹੱਤਵਾਦੀਆਂ ਦੀ ਮਦਦ ਕਰਦੇ ਆ ਤੇ ਮਦਦ ਲੈਂਦੇ ਹਾਲਾਤ ਬਦਲ ਗਏ ਬਹੁਤ ਸੰਪਤੀ ਕਿਸੇ ਦਿਨ ਆਈ ਦੋ ਪਾਰਟੀਆਂ ਰਲਣ ਜਿਨ੍ਹਾਂ ਚ ਪੀਡੀਪੀ ਹੋਵੇ ਉਹ ਚੋਕੀਆਂ ਵੋਟਾਂ ਲੈ ਗਈ ਸੀ ਤੇ ਤਾਂ ਸਰਕਾਰ ਬਣਦੀ ਸੀ ਆਈ ਪਾਣੀ ਨਰਮ ਅਕਾ ਤੁਸੀਂ ਮੁੱਖ ਮੰਤਰੀ ਬਣਾ ਲਓ ਤੇ ਅਸੀਂ ਆਪਣਾ ਡਿਪਟੀ ਮੁੱਖ ਮੰਤਰੀ ਬਣਾਉਨੇ ਆ ਮੁਫਤੀ ਮੁਹੰਮਦ ਸੈਦ ਜਿਹੜਾ ਉਹਨੂੰ ਮੁੱਖ ਮੰਤਰੀ ਬਣਾਤਾ ਤੇ ਉਹਨੇ ਪਹਿਲੀ ਪ੍ਰੈਸ ਕਾਨਫਰੰਸ 'ਚ ਆਖਿਆ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨੇ ਪ੍ਰਧਾਨ ਮੰਤਰੀ ਬਣ ਕੇ ਚੋਣਾਂ ਕਰਾਈਆਂ ਤੇ ਚੋਣਾਂ ਤੋਂ ਬਾਅਦ ਸਾਡੇ ਨਾਲ ਗੱਠ ਜੋੜ ਕੀਤਾ ਮੈਂ ਜੰਮੂ ਕਸ਼ਮੀਰ ਦੇ ਲੋਕਾਂ ਦਾ ਧੰਨਵਾਦੀ ਹਾਂ ਖਾਸ ਤੌਰ ਤੇ ਜਿਹੜੇ ਜਹਾਦੀ ਨੇ ਜਹਾਦੀ ਦੇ ਮਤਲਬ ਜਿਹੜੇ ਕਸ਼ਮੀਰ 'ਚ ਬੰਦੂਕਾਂ ਚੁੱਕ ਕੇ ਜਹਾਦ ਕਰਦੇ ਜੀ ਜੀ ਕਹਿੰਦਾ ਖਾਸ ਤੌਰ ਤੇ ਮੈਂ ਜਹਾਦੀਆਂ ਦਾ ਧੰਨਵਾਦੀ ਆ ਕਿ ਉਹਨਾਂ ਨੇ ਜੰਮੂ ਕਸ਼ਮੀਰ ਚ ਵੋਟਾਂ ਪੈਣ ਲੈਣ ਦਿੱਤੀਆਂ ਚੋਣਾ ਹੋਣ ਦਿੱਤੀਆਂ ਨੇ ਇਹਨਾਂ ਦਾ ਬਣਾਇਆ ਮੁੱਖ ਮੰਤਰੀ ਜਿਹਦੇ ਨਾਲ ਡਿਪਟੀ ਮੁੱਖ ਮੰਤਰੀ ਉਹਨਾਂ ਦੀ ਆਪਣੀ ਪਾਰਟੀ ਦਾ ਸੀ ਉਹ ਜਹਾਦੀਆਂ ਦੇ ਪੱਖ ਵਿੱਚ ਧੰਨਵਾਦ ਕਰ ਰਿਹਾ ਫਿਰ ਭਾਜਪਾ ਵੱਲ ਜਾ ਕੇ ਮੁਜਾਰਾ ਕਰਨ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕਿ ਤੂੰ ਇਹੋ ਜਿਹੇ ਬੰਦੇ ਨਾਲ ਗੱਠਜੋੜ ਕਿਉਂ ਕੀਤਾ ਸੀ ਆਪਣੀ ਪਾਰਟੀ ਦੇ 2014 ਵਾਲੇ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਮੁਜਾਰਾ ਕਰਨ ਕਿ ਤੂੰ ਅੱਜ ਗ੍ਰਹਿ ਮੰਤਰੀ ਬਣ ਗਿਆ ਉਹ ਤੇ ਤੂੰ ਪ੍ਰਧਾਨ ਸੀਗਾ ਪਾਰਟੀ ਦਾ ਤੂੰ ਇਹ ਜਿਹੇ ਵਾਅਦੇ ਨਾਲ ਸਮਝਾਉਂਦਾ ਕਿਉਂ ਕੀਤਾ ਸੀ ਜੀ ਕਿ ਉਹ ਉਹਦੇ ਨਾਲ ਉਹ ਤਾਂ ਪਹਿਲਾਂ ਤੋਂ ਹੀ ਵੱਖਰੀ ਵਿਸਤਾਰੀਆਂ ਗੱਲਾਂ ਕਰਦਾ ਰਿਹਾ ਜਦੋਂ ਆਹ ਧਾਰਾ 370 ਤੋੜੀ ਸਭ ਤੋਂ ਵੱਧ ਗੁੱਸਾ ਇਹਨਾਂ ਨੂੰ ਉਸੇ ਮਹਿਬੂਬਾ ਮੂਰਤੀ ਤੇ ਸੀ ਜਿਹੜੀ ਮਹਿਬੂਬਾ ਮੁਫਤੀ ਦੇ ਨਾਲ ਪਹਿਲਾਂ ਉਹਦੇ ਪਿਓ ਨਾਲ ਉਸ ਪਾਰਟੀ ਨੇ 4 ਸਾਲੇ ਰਾਜ ਚਲਾਉਂਦੇ ਰਿਹਾ ਉਹਦੋਂ ਕੋੜ ਨਹੀਂ ਆਈ ਇੱਥੇ ਕਿੰਨੇ ਲੋਕ ਆ ਜਿਹੜੇ ਕੱਲ ਤੱਕ ਕਿਸੇ ਪਾਸੇ ਸੀ ਮੁੜ ਕੇ ਇੱਧਰ ਆ ਗਏ ਜਿਹੜਾ ਬੰਦਾ ਭਾਜਪਾ ਦੇ ਲੱਗ ਗਿਆ ਜਿਉ ਠੀਕ ਆ ਨਾ ਭਾਜਪਾ ਦੂਰ ਉਹਦੀ ਗੱਲ ਕਰ ਲੋ ਮਾਲਵਿੰਦਰ ਸਿੰਘ ਮਾਲੀ ਨੇ ਇੱਕ ਵਿਚਾਰ ਪ੍ਰਗਟ ਕਰਤਾ ਇਦਾਂ ਦੇ ਵਿਚਾਰ ਬਹੁਤ ਲੋਕ ਪ੍ਰਗਟ ਕਰਦੇ ਰਹੇ ਬਾਜਪਾਈ ਸਰਕਾਰ ਦੇ ਵੇਲੇ ਉਹ ਸਰਕਾਰ ਦੇ ਇੱਕ ਸਲਾਹਕਾਰ ਨੇ ਵਿਚਾਰ ਪੇਸ਼ ਕਰਤਾ ਸੀ ਹਿੰਦੂ ਬਹੁ ਸੰਮਤੀ ਵਾਲਾ ਜੰਮੂ ਵੱਖਰਾ ਕਰ ਦਿਓ ਮੁਸਲਮ ਬਹੁ ਗਿਣਤੀ ਵਾਲਾ ਕਸ਼ਮੀਰ ਵੱਖਰਾ ਕਰ ਦਿਓ ਬੋਧੀਆਂ ਦੀ ਬਹੁ ਗਿਣਤੀ ਵਾਲਾ ਲਦਾਖ ਵੱਖਰਾ ਕਰ ਦਿਓ ਸਾਰੀ ਭਾਜਪਾ ਤਿਆਰ ਸੀ ਇਸ 4 ਦਿਨ ਤੱਕ ਚੁੱਪ ਕੀਤੇ ਰਹੇ ਚੌਥੇ ਦਿਨ ਰੌਲਾ ਪੈ ਗਿਆ ਕਿ ਤੂੰ ਜੰਮੂ ਕਸ਼ਮੀਰ ਨੂੰ ਤਿੰਨ ਹੀ ਥਾਂ ਵੰਡਣ ਲੱਗਿਆ ਧਰਮ ਦੇ ਨਾਂ ਤੇ ਵੰਡਣ ਲੱਗਿਆ ਇਹ ਵੰਡ ਫਿਰ ਕਿੱਥੋਂ ਤੱਕ ਜਾਊਗੀ ਫਿਰ ਅਟਲ ਵਿਹਾਰੀ वाजपेयी ਨੇ ਉੱਠ ਕੇ ਪਾਰਲੀਮੈਂਟ 'ਚ ਆਖਿਆ ਹਮਾਰਾ ਇਸੇ ਕੋਈ ਲੈਣਾ ਦੇਣਾ ਨਹੀਂ ਆਦਮੀ ਤਾਂ ਹਮਾਰਾ ਹੈ ਵਿਚਾਰਕ ਵੀ ਹੈ ਲੇਕਿਨ ਵਿਚਾਰ ਉਸਕੇ ਆਪਣੇ ਨੇਜੀ ਹੈ ਹਮ ਕਿਸੇ ਕੇ ਵਿਚਾਰੋ ਕੋ ਰੋਕ ਨਹੀਂ ਸਕਤੇ ਉਸਕੇ ਵਿਚਾਰੋ ਕੀ ਕਦਰ ਕਰਤੇ ਨੇ ਲੇਕਿਨ ਵਿਚਾਰ ਠੀਕ ਨਹੀਂ ਹੈ ਜੀ ਤੇ ਜੇ ਉਦੋਂ ਇਹ ਗੱਲ ਕਹਿ ਦਿੱਤੀ ਸੀ ਅੱਜ ਇੱਕ ਬੰਦੇ ਨੇ ਇੱਕ ਗੱਲ ਕਹਿ ਦਿੱਤੀ ਉਹਦੀ ਗੱਲ ਠੀਕ ਆ ਤੁਸੀਂ ਦੇ ਬਰਾਬਰ ਬਿਆਨ ਦੇ ਦਿਓ ਤੁਸੀਂ ਉਹਦੀ ਕਾਟ ਕਰ ਦਿਓ ਮੈਂ ਕਿਹਾ ਮਾਲੀ ਦੀ ਗੱਲ ਨਾਲ ਸਹਿਮਤ ਪਰ ਮਾਲੀ ਨੂੰ ਗੱਲ ਵੀ ਨਹੀਂ ਕਰਨੀ ਤੁਸੀਂ ਕਿਸੇ ਨੇ ਕੋਈ ਗੱਲ ਵੀ ਕਰਨੀ ਤੇ ਪਹਿਲੇ ਤੁਹਾਨੂੰ ਪੁੱਛਿਆ ਕਰੇਗਾ ਪੁਰਾਣੀ ਗੱਲ ਕਰਨ ਲੱਗਾ ਅਗਲੇ ਨੂੰ ਕੋ ਵਿਚਾਰ ਪੇਸ਼ ਕਰਨ ਦਾ ਮੌਕਾ ਤਾਂ ਦੇ ਦੇ ਤਾ ਉਹਨੇ ਠੀਕ ਹੈ ਗੱਲ ਕਹਿ ਦਿੱਤੀ ਤੁਸੀਂ ਕਹੋ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਰ ਲਓ ਡਟ ਕੇ ਕਰ ਲਓ ਜੀ ਪਰ ਜੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਤੁਰਨਾ ਮੀਜੋ ਬਾਗੀਆਂ ਜਿਹਨਾਂ ਨੇ ਸਮਝਾਉਦਾ ਕੀਤਾ ਸੀ ਉਹ ਕਿੱਥੇ ਨੇ ਜਿਹੜੀ ਉਲਫਾ ਕਿਦੇ ਆ ਸਮ ਕੰਨ ਪੁਲੀਸ ਕਦੇ ਭਾਰਤ ਖਿਲਾਫ ਕੋਈ ਨਾਰੇ ਲਾਉਂਦੇ ਰਏ ਜਿਹੜੇ ਲੋਕ ਕੋਈ ਤੁਹਾਡੇ ਨਾਲ ਉਹ ਚੰਗੇ ਰ ਇੱਥੇ ਇੱਕ ਬਾਤ ਨੂੰ ਬਤੰਕੜ ਬਣਾਉਣ ਦਾ ਟੰਗ ਠੀਕ ਨਹੀਂਗਾ ਦੇਸ਼ ਵਸਤੇ ਨੂੰ ਵਸਦਾ ਰਹਿਣ ਦਿਨਾ ਚਾਹੀਦਾ ਇਹੋ ਜਿਹੇ ਮੁੱਦੇ ਨਹੀਂ ਚੁਕਣੇ ਚਾਹੀਦੇ ਠੀਕ ਇੱਕ ਮਸਲਾ ਹੋ ਰਿਹਾ ਜੀ ਸੁਖਪਾਲ ਸਿੰਘ ਨੰਨੂ ਨੇ ਭਾਜਪਾ ਪਾਰਟੀ ਛੱਡ ਦਿੱਤੀ ਹੈ ਪਾਰਟੀ ਉਸ ਵੇਲੇ ਛੱਡੀ ਹੈ ਜਦੋਂ ਮੁੱਖ ਅਹੁਦਿਆਂ ਤੇ ਵੀ ਰਿਹਾ ਚੰਗਾ ਲੀਡਰ ਸੀਗਾ ਪਰ ਪਾਰਟੀ ਛੱਡਣ ਦਾ ਆਪਣਾ ਸਭ ਕਾਰਨ ਕੀ ਬਣ ਗਿਆ ਉਹਦਾ ਸੁਖਪਾਲ ਸਿੰਘ ਨੰਨੂ ਫਰੋਜ਼ਪੁਰ ਸ਼ਹਿਰ ਤੋਂ ਦੋ ਵਾਰ ਐਮਐਲਏ ਬਣਿਆ ਚੀਫ ਪਾਰਲੀਮੈਂਟਰੀ ਸੱਕਰਟੀ ਵੀ ਕਾਲੀ ਭਾਜਪਾ ਸਰਕਾਰ ਚ ਰਿਆ ਪਿਛਲੀ ਵਾਰੀ ਹਾਰ ਗਿਆ ਸੀ ਉੱਥੇ ਜਦੋਂ ਇਹਨਾਂ ਨੇ ਭਾਜਪਾ ਵਾਲਿਆਂ ਨੇ ਪੰਜਾਬ ਦਾ ਪ੍ਰਧਾਨ ਬਣਾਤਾ ਕਮਲ ਸ਼ਰਮਾ ਉਹਦੀ ਤੇ ਨੰਨੂ ਦੀ ਬਣਦੀ ਨਹੀਂ ਸੀ ਫਿਰ ਇੱਕ ਦੂਸਰੇ ਖਿਲਾਫ ਬਹੁਤ ਦੁਸ਼ਣਵਾਦੀ ਹੋਈ ਉਸ ਦੁਸ਼ਣਵਾਦੀ ਤੋਂ ਬਾਅਦ ਸੁਖਪਾਲ ਸਿੰਘ ਨੰਨੂ ਨੂੰ ਪਿੱਛੇ ਕੀਤਾ ਗਿਆ ਕਮਲ ਸ਼ਰਮਾ ਅੱਗੇ ਆ ਗਿਆ ਕਮਲ ਸ਼ਰਮਾ ਕਿਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਮੁੱਖ ਮੰਤਰੀ ਦਾ ਉਸਟੇ ਹੁੰਦਾ ਸੀ। ਭਾਜਪਾ ਬੜੇ ਸੋਚਦੇ ਸੀ ਪੰਜਾਬ ਦਾ ਨਵਾਂ ਪ੍ਰਧਾਨ ਬਣਾਉਣਾ। ਕਦੇ ਕਿਸੇ ਦਾ ਨਾਮ ਆਉਂਦਾ ਸੀ ਕਦੇ ਕਿਸੇ ਦਾ ਵੱਡੇ ਵੱਡੇ ਲੀਡਰ ਇੱਥੇ ਬੈਠੇ ਸਨ। ਬਾਦਲ ਸਾਹਿਬ ਨੇ ਜਾ ਕੇ ਉੱਥੇ ਭਾਜਪਾ ਦੇ ਡਿਵੀਜ਼ਨ ਨੂੰ ਆਖਿਆ ਜੀ ਬੰਦਾ ਮੇਰੀ ਮਰਜ਼ੀ ਦਾ ਲਾਓ। ਆਪਣਾ ਘਟ ਜੋੜ ਚੰਗਾ ਲੱਗੂ। ਤੇ ਉਹਨੇ ਆਖਿਆ ਕਿਹਨੂੰ ਲਈਏ? ਕਹਿੰਦਾ ਮੁੰਡਾ ਮੇਰੇ ਨਾਲ ਉਸਟੇ ਲੱਗਾ। ਚੰਗਾ ਮੁੰਡਾ ਤੁਸੀਂ ਇਹਨੂੰ ਬਣਾ ਦਿਓ ਪ੍ਰਧਾਨ। ਉਹਨੂੰ ਪ੍ਰਧਾਨ ਬਣਾ ਦਿੱਤਾ। ਪੰਜਾਬ ਦੀ ਭਾਜਪਾ ਦਾ ਪ੍ਰਧਾਨ ਬਣਨ ਤੋਂ ਬਾਅਦ ਵੀ ਇੱਕ ਹਫ਼ਤਾ ਤੱਕ ਉਹ ਪ੍ਰਕਾਸ਼ ਸਿੰਘ ਬਾਦਲ ਦਾ ਸਰਕਾਰੀ ਤੌਰ ਤੇ ਓਐਸਡੀ ਹੁੰਦਾ ਸੀ ਓਐਸਡੀ ਉਹ ਪੰਜਾਬ ਦਾ ਪ੍ਰਧਾਨ ਬਣਾਉਂਦਾ ਸੀ ਉਹਦੀ ਤੇ ਸੁਖਪਾਲ ਸਿੰਘ ਨੰਨੂ ਦੀ ਨਾਨੀ ਵੀ ਬੜੀ ਕਿਸਮ ਦੇ ਤੂਸ਼ਣਵਾਜੀ ਹੁੰਦੀ ਰਹੀ ਹੂੰ ਉਹਦਾ ਵੀ ਉੱਟ ਗਿਆ ਸੀ ਹੁਣ ਉਹਨੇ ਵੇਖਿਆ ਕਿ ਹਾਲਾਤ ਇਹੋ ਜਿਹੇ ਆ ਕਿ ਮੈਨੂੰ ਇਸ ਪਾਰਟੀ ਨੇ ਚੱਲਣਾ ਨਹੀਂ ਬਾਣਾ ਉਹਨੇ ਬਣਾ ਲਿਆ ਕਿਸਾਨਾਂ ਦੇ ਮਸਲੇ ਦਾ ਕਿ ਕਿਸਾਨਾਂ ਨਾਲ ਜ਼ਿਆਦਤੀ ਹੋ ਰਹੀ ਹੈ ਤੇ ਸਾਡੀ ਸਰਕਾਰ ਕਰ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੀ ਗੱਲ ਨਹੀਂ ਸੁਣਦੇ ਪਏ ਇਸ ਕਰਕੇ ਮੈਂ ਇਸ ਗੱਲ ਦੇ ਰੋਸ ਵਜੋਂ ਅਸਤੀਫਾ ਦੇਣਾ ਠੀਕ ਆ ਬੜੇ ਹੋਰ ਲੋਕਾਂ ਵੀ ਅਸਤੀਫੇ ਦਿੱਤੇ ਆ ਇਹ ਵੀ ਇੱਕ ਦੇ ਗਿਆ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਜੀ ਭਾਜਪਾ ਬੜੇ ਉਹਦੀ ਥਾਂ ਦੇ ਉੱਤੇ ਨਵਾਂ ਬੰਦਾ ਲੱਭ ਲੈਣਗੇ ਪਰ ਹੰਡਰੇੜੇ ਬੰਦੇ ਨਹੀਂ ਆਉਣਾ ਉਹ ਪਹਿਲਾਂ ਵਾਲੇ ਹਾਲਾਤ ਥੋੜੇ ਆ ਕਿ ਜਾ ਕੇ ਉੱਥੋਂ ਆਰਾਮ ਨਾਲ ਜਿੱਤ ਜੂਗਾ ਹੁਣ ਤਾਂ ਫਰੋਜਪੁਰ ਤੋਂ ਜਿਹੜਾ ਵੀ ਖਲੋਊਗਾ ਉਹਦੇ ਵਾਸਤੇ ਦਿੱਲੀ ਦੂਰਸਤ ਜਿਹੜਾ ਮੁਹਾਵਰਾ ਹੁੰਦਾ ਜੀ ਉਹਦੇ ਵਾਸਤੇ ਚੰਡੀਗੜ੍ਹ ਜਾਣਾ ਓੱਖਾ ਹੀ ਹੋ ਜਾਣਾ ਗੱਲ ਤੇ ਬਣਦੀ ਨਹੀਂ ਜਾਂਦੀ ਕਿਉਂਕਿ ਸਾਰੇ ਪੰਜਾਬ ਵਿੱਚ ਭਾਜਪਾ ਦੇ ਖਿਲਾਫ ਅੱਜ ਦੀ ਘੜੀ ਮਾਹੌਲ ਹੈ ਕੱਲ ਨੂੰ ਕੋ ਮੋੜਾ ਦੇ ਸਕਦੇ ਆ ਦੇ ਲੈਣ ਕੋਨ ਰੁਕਦਾ ਰਾਜਨੀਤੀ ਸਭ ਕੁਝ ਹੋ ਸਕਦਾ ਕਰ ਲੋ ਜੀ ਪਰ ਸੋ ਜਦੋਂ ਬਾਈਬਲ ਕਲਾ ਗੋਲੀ ਕਾਂ ਜਾਂ ਬੇਅਦਬੀ ਕਾਂ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਨਾਮ ਸਾਬਕਾ ਡੀਜੀਪੀ ਸੁਮੇਸ਼ ਸਿੰਘ ਸ਼ੈਣੀ ਦਾ ਆਉਂਦਾ ਹੈ ਹੁਣ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਦੀ ਗ੍ਰਿਫਤਾਰੀ ਕਿਹੜੇ ਕੇਸ ਵਿੱਚ ਹੋਈ ਹੈ ਇੱਕ ਤਾਂ ਇਹ ਜਾਨਣਾ ਜ਼ਰੂਰੀ ਹੈ ਕਿਉਂਕਿ ਕਈ ਕੇਸ ਚੱਲਦੇ ਪਏ ਐ ਤੇ ਪੂਰੀ ਕਹਾਣੀ ਕੀ ਹੈ ਪਹਿਲਾਂ ਕਹਿੰਦੇ ਸੀ ਬੰਦਾ ਹੱਥ ਨਹੀਂ ਆ ਰਿਹਾ ਬੜੇ ਛਾਪੇਮਾਰੀ ਕੀਤੀ ਹੈ ਦੇਖੋ ਤੇ ਕਈ ਕੇਸ ਨੇ ਜਿਹੜੇ ਬਾਈਬਲ ਕਲਾ ਤੇ ਕੋਟਕਪੁਰਾ ਦੇ ਦੋ ਗੋਲੀ ਕਾਂਡ ਉਹਨਾਂ ਨੂੰ ਦੋਸ਼ੀ ਮੰਨਿਆ ਜਾਂਦਾ ਬਾਦਲ ਪਿਓ ਪੁੱਤ ਨੂੰ ਮੰਨਿਆ ਜਾਂਦਾ ਜੀ ਇੱਕ ਐਸਐਸਪੀ ਵੀ ਉੱਚ ਫਸਿਆ ਇੱਕ ਆਈਜੀ ਵੀ ਆ ਦੋ ਇੱਕ ਡੀਐਸਪੀ ਐਸਪੀ ਵੀ ਨੇ ਉਸ ਹਲਕੇ ਦਾ ਕਾਲੀ ਐਮਐਲਏ ਉਸ ਵਕਤ ਬੜਾ ਉਹ ਵੀ ਆ ਕਈ ਲੋਕ ਫਸੇ ਨੇ ਇਹਨੂੰ ਬੜੀ ਬਾਰੀ ਕੋਸ਼ਿਸ਼ ਕੀਤੀ ਉਹਨਾਂ ਨੇ ਫੜਨ ਦੀ ਜਮਾਨਤ ਇੱਥੋਂ ਨਹੀਂ ਹੁੰਦੀ ਹਾਈ ਕੋਰਟ ਹਾਈ ਕੋਰਟ ਤੋਂ ਨਹੀਂ ਹੁੰਦੀ ਸੁਪਰੀਮ ਕੋਰਟ ਤੋਂ ਜਾ ਕੇ ਕਰਵਾ ਲਿਆ ਹੁੰਦਾ ਸੀ ਫਿਰ ਇੱਥੇ ਕ腐ਸ਼ਨ ਦੇ ਕੇਸ ਉੱਠਣ ਲੱਗੇ ਇੱਕ ਪੁਰਾਣਾ ਕਤਲ ਕੇਸ ਵੀ ਦਾ ਨਿਕਲਿਆ ਉਹਨਾਂ ਚੋ ਜਮਾਨਤ ਹੋ ਜਾਂਦੀਆਂ ਸੀ ਹੁਣ ਇੱਕ ਜਾਇਦਾਦ ਜਿਹੜੀ ਆਮਦਨ ਤੋਂ ਵੱਧ ਬਣਾਉਣ ਦਾ ਕੇਸ ਇੱਥੇ ਬਣਿਆ ਉਹ ਚ ਇੱਕ ਦਿਨ ਵਿਜੀਲੈਂਸ ਨੂੰ ਜਾ ਕੇ ਛਾਪਾ ਮਾਰਿਆ ਇਹਨੂੰ ਕਦੋਂ ਛੂ ਮਿਲ ਗਈ ਹੋਊਗੀ ਪੁਰਾਣਾ ਪੁਲਿਸ ਦਾ ਡੀਜੀਪੀ ਵੀ ਰਹਿ ਚੁੱਕਾ ਤੇ ਵਿਜੀਲੈਂਸ ਦਾ ਵੀ ਹੈਡ ਰਹਿ ਚੁੱਕਾ ਕਿਸੇ ਨੇ ਫੋਨ ਕਰਤਾ ਹੋਣਾ ਫੇਰ ਨਿਕਲ ਗਿਆ ਹੱਥ ਨਹੀਂ ਆ ਉਦੋਂ ਬਾਅਦ ਫਿਰ ਉਹਨੂੰ ਜਮਾਨਤ ਮਿਲ ਗਈ ਪਰਸੋਂ ਗਿਆ ਸੀ ਹਾਈ ਕੋਰਟ ਚ ਕਿ ਮੇਰੇ ਤੇ ਪੁਲਿਸ ਹੋਰ ਕੇਸ ਦਰਜ ਕਰ ਸਕਦੀ ਹੈ ਹਾਈ ਕੋਰਟ ਨੇ ਅਖਾਜੋ ਦਰਜ ਹੋ ਤੇ ਆ ਜੀ ਇਹ ਘੜੀ ਮੂੜੀ ਇੱਥੇ ਹੋਣਾ ਹਾਈ ਕੋਰਟ ਦੇ ਸਿਸਟਮ ਦੀ ਦੁਰਵਰਤਨਕਰ ਜੀ ਇਹ ਆ ਗਿਆ ਕੱਲ ਪੁਲਿਸ ਨੇ ਨਵਾਂ ਕੇਸ ਦਰਜ ਕੀਤਾ ਇਹ ਸਾਰਾ ਦਿਨ ਆਪਣੇ ਘਰ ਬੈਠਾ ਰਿਆ ਰਾਤ ਨੂੰ ਨੇਰੇ ਜਾ ਕੇ ਕਹਿੰਦਾ ਮੈਂ ਆਇਆ ਮੇਰੀ ਇਨਵੈਸਟੀਗੇਸ਼ਨ ਕਰ ਲੋ ਕਰੋ ਮੇਰੇ ਤੋਂ ਕੀ ਪੁੱਛ ਕਿਸ ਕਰਨੀ ਹੈ ਉੱਥੇ ਤਲਖ ਕਲਮੀ ਹੋਈ ਉਹਨੇ ਆਖਿਆ ਜਾ ਉਹਨਾਂ ਫੜਕੇ ਅੰਦਰ ਦਿੱਤਾ ਹੁਣ ਕੇਸ ਕਿੰਨਾ ਕੁ ਗੰਭੀਰ ਹੈ ਅਜੇ ਤੱਕ ਉਹਦੀ ਰਿਪੋਰਟ ਸਾਹਮਣੇ ਨਹੀਂ ਆਈ ਹਾਂ ਅੱਜ ਸ਼ਾਮ ਤੱਕ ਆ ਜਾਏਗੀ ਕੱਲ ਤੱਕ ਪਤਾ ਲੱਗ ਜਾਏਗਾ ਪਰ ਉਹਦਾ ਇਹ ਹੈ ਕਿ ਜਦੋਂ ਚੜਤ ਦਾ ਦੌਰ ਸੀ ਉਦੋਂ ਸੁਮੇਸ ਸਿੰਘ ਸੈਨਿਕ ਸਦੀ ਪਰਵਾਹ ਨਹੀਂ ਸੀ ਕਰਦਾ ਜੀ ਬਾਈਬਲ ਕਲਾ ਤੇ ਕੋਟਕਪੂਰਾ ਉਹਦੇ ਗੋਲੀ ਕਾਂਢ ਤੋਂ ਬਾਅਦ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਅਕਾਲੀ ਦਲ ਦੇ ਸਾਰੇ ਲੀਡਰ ਪਾਰਲੀਮੈਂਟ ਮੈਂਬਰ ਵੀ ਐਮ ਐਲ ਏ ਵੀ ਤੇ ਖਾਸ ਤੌਰ ਤੇ ਉਦੋਂ ਵਾਲੇ ਮੰਤਰੀ ਉਹ ਸਾਰੇ ਬਹੁਤ ਪਿੱਟੇ ਸਨ ਕਿ ਸਾਨੂੰ ਮਰਵਾਤਾ ਤੇ ਬਾਦਲ ਸਾਹਿਬ ਨੇ ਇਹਨੂੰ ਸਦਲਿਆ ਮੀਟਿੰਗ 'ਚ ਇਹ ਮੀਟਿੰਗ ਚਾ ਥੋੜੀ ਬਹੁਤ ਇਹਦੀ ਗੱਲ ਸੁਣੀ ਪਰ ਸਾਰਿਆਂ ਨੇ ਇਹਨੂੰ ਝਾੜਿਆ ਛੁੜਿਆ ਬਹੁਤ ਇਹ ਉੱਠ ਕੇ ਤੁਰਨ ਲੱਗਾ ਤੇ ਮੁੱਖ ਮੰਤਰੀ ਬਾਦਲੂ ਨੇ ਆਖਿਆ ਕਹਿੰਦੇ ਠੀਕ ਆ ਤੁਸੀਂ ਜੋ ਕਹਿਣਾ ਸੀ ਕਹਿ ਤਾ ਤੁਸੀਂ ਡੀਜੀਪੀ ਬਦਲਣਾ ਹੁਣੇ ਬਦਲ ਦਿਓ ਪਰ ਇੱਕ ਗੱਲ ਮੇਰੇ ਸੁਣ ਲਓ ਆ ਜੋ ਕੋ ਜੇ ਸਾਰੇ ਜਣੇ ਕਹਿੰਦੇ ਪਿਆ ਨਾ ਜਮਾਤ ਕਹਿੰਦੇ ਆ ਤੇ ਮੇਰੇ ਕੋਲ ਵੀ ਬਹੁਤ ਕੁਝ ਆ ਇਹਨਾਂ ਧਬਕਾ ਮਾਰ ਕੇ ਨਿਕਲਿਆ ਇਹ ਉਸ ਵਕਤ ਦੀ ਇੰਨੀ ਚੜਤ ਸੀ ਕਿ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦੇ ਬੈਠਿਆ ਅਕਾਲੀ ਸਰਕਾਰ ਦੇ ਮੰਤਰੀਆਂ ਨੂੰ ਵੀ ਧਬਕਾ ਮਾਰ ਰਿਹਾ ਸੀ ਤੇ ਕਿਸੇ ਨੇ ਸਿਰ ਚੁੱਕ ਕੇ ਕੋਈ ਗੱਲ ਨਹੀਂ ਕੀਤੀ ਜੀ ਹੁਣ ਸਮਾਂ ਬਦਲਦਾ ਕਦੇ ਗੱਡੀ ਬੀੜੀ ਤੇ ਕਦੇ ਬੇੜੀ ਗੱਡੀ ਤੇ ਹੁਣ ਜਦੋਂ ਊਠ ਕਦੇ ਪਹਾੜ ਦੇ ਥੱਲੇ ਆਉਂਦਾ ਉਦੋਂ ਉਹਨੂੰ ਪਤਾ ਲੱਗਦਾ ਕਿ ਮੇਰੇ ਤੋਂ ਵੱਡਾ ਵੀ ਕੋਈ ਹੈਗਾ ਜੀ ਉਹਨੇ ਤੇ ਨਹੀਂ ਲੱਗਦਾ ਐਸੋਲੇ ਫਸ ਗਿਆ ਅਦਾਲਤ ਵਿੱਚ ਵੀ ਉਹਦੇ ਅੱਜ ਪੇਸ਼ੀ ਹੈ ਵੇਖੋ ਕੀ ਬਣਦਾ ਜੀ ਸਮਾਂ ਦੱਸੇਗਾ ਇਹਦਾ ਕੇਸ ਹੈ ਚਲੋ ਪਤਾ ਨਹੀਂ ਜੇ ਕਿੰਨਾ ਗੰਭੀਰ ਹੈ ਪਰ ਪੰਨੂ ਸਾਹਿਬ ਅਫਗਾਨਿਸਤਾਨ ਦੇ ਹਾਲਾਤ ਬਹੁਤ ਗੰਭੀਰ ਹੋਏ ਹੈ ਹੁਣ ਅਸ਼ਰਫ ਗੰਨੀ ਨੇ ਤਾਂ ਕਹਿ ਦਿੱਤਾ ਕਿ ਹੋਰ ਦੇਸ਼ ਦੇ ਵਿੱਚ ਸ਼ਰਨ ਮਿਲ ਗਈ ਹੈ ਤਰਸ ਦੇ ਆਧਾਰ ਤੇ ਮੀਡੀਆ ਚ ਕਿੰਦਾ ਮਿਲ ਇਨਸਾਨੀਅਤ ਦੇ ਤੌਰ ਤੇ ਪਰ ਅਫਗਾਨਿਸਤਾਨ ਦੇ ਹਾਲਾਤਾਂ ਨੂੰ ਹੁਣ ਕਿਵੇਂ ਦੇਖਦੇ ਆਂ ਦੇਖੋ ਅਸ਼ਰਫ ਗਨੀ ਜਦੋਂ ਭੱਜਿਆ ਤੇ ਸਾਰੇ ਕਹਿੰਦੇ ਸੀ ਤਾਜਿਕਿਸਤਾਨ ਚ ਜਾਵੇਗਾ ਕਿਉਂਕਿ ਤਾਜਿਕਾ ਨਾਲ ਤਾਲਿਬਾਨ ਦੀ ਬੰਦਦੀ ਨੇ ਉੱਥੇ ਗਿਆ ਉਹਨਾਂ ਵੜਨ ਨਹੀਂ ਦਿੱਤਾ ਉਜ਼ਬੇਕਿਸਤਾਨ ਚ ਚਲਾ ਗਿਆ ਉਜ਼ਬੇਕਿਸਤਾਨ ਵਾਲਿਆਂ ਵੀ ਉਤਰਨ ਨਹੀਂ ਦਿੱਤਾ ਤੇ ਫਿਰ ਕਹਿੰਦੇ ਸੀ ਅਮਰੀਕਾ ਨੂੰ ਭੱਜੂ ਤਿੰਨ ਦਿਨ ਬਾਅਦ ਪਤਾ ਲੱਗਾ ਕਿ ਕਿਸੇ ਅਮਰੀਕਾ ਨੂੰ ਨਹੀਂ ਗਿਆ ਉਹ ਨਾਲ ਦੇ ਦੇਸ਼ ਵਿੱਚ ਯੂਨਾਈਟਿਡ ਅਰਬ ਏਮੀਰੇਟਸ ਵਿੱਚ ਚਲਾ ਗਿਆ ਅਬੂਦਾਬੀ ਮਿਠਾ ਉਹਨਾਂ ਕਹਿੰਦਾ ਜੀ ਅਸੀਂ ਮਨੁੱਖੀ ਅਧਿਕਾਰ ਤੇ ਇਹਨੂੰ ਪਨਾਹ ਦਿੰਦੀ ਹੈ ਸਾਡੇ ਕੋਲ ਉਹ ਟਿੱਗ ਗਿਆ ਉਥੇ ਉਹਦਾ ਜਿਹੜਾ ਨਾਲ ਵਾਈਸ ਪ੍ਰੈਜ਼ੀਡੈਂਸੀ ਉਹ ਪ੍ਰਧਾਨਪਤੀ ਉਮਰੁੱਲਾ ਸਾਲੇ ਸਾਰੇ ਕਹਿੰਦੇ ਸੀ ਕਿਉਂਕਿ ਉਹ ਤਾਜਿਕ ਹੈ ਇਸ ਕਰਕੇ ਉਹਨੂੰ ਤਾਂ ਤਾਜਿਕਸਤਾਨ ਵਾਲਿਆਂ ਨੇ ਬਨਾਦ ਦੇ ਹੀ ਦੇਣੀ ਹੈ ਉੱਥੇ ਭੱਜ ਗਿਆ ਉਹ ਇੱਕ ਦਿਨ ਚੁੱਪ ਰਿਹਾ ਤੇ ਅਗਲੇ ਦਿਨ ਉਹਦਾ ਬਿਆਨ ਆ ਗਿਆ ਮੈਂ ਕਿਤੇ ਨਹੀਂ ਗਿਆ ਮੈਨੂੰ ਲੋਕਾਂ ਨੇ ਚੁਣਿਆ ਸੀ ਮੈਂ ਜੀਣਾ ਮਰਨਾ ਲੋਕਾਂ ਦੇ ਵਿਚਾਲੇ ਆ ਇਸ ਕਰਕੇ ਪੰਜ ਸ਼ੀਰ ਘਾਟੀ ਵਿੱਚ ਆ ਮੈਂ ਉਹ ਆਪ ਵੀ ਪੰਜ ਸ਼ੀਰ ਘਾਟੀ ਦੇ ਵਿੱਚ ਜਮੇ ਆਪਲੇ ਉਹ ਕਹਿੰਦਾ ਜੀ ਮੇਰਾ ਪਰਿਵਾਰ ਇੱਥੇ ਮੈਂ ਲੋਕਾਂ ਦੇ ਵਿੱਚ ਆ ਮੈਂ ਤਾਲਿਬਾਨ ਨੂੰ ਅਜੇ ਵੀ ਨਹੀਂ ਮੰਨਦਾ ਰਾਸ਼ਟਰਪਤੀ ਚਲਾ ਗਿਆ ਚਲਾ ਜਾ ਬਈ ਉਹਦੀ ਗਹਿਰਾ ਜਿਹੇ ਉਪਰ ਰਾਸ਼ਟਰਪਤੀ ਜਿਹੜਾ ਉਹ ਕਾਰਜਕਾਰੀ ਰਾਸ਼ਟਰਪਤੀ ਹੁੰਦਾ ਮੈਂ ਕਾਰਜਕਾਰੀ ਰਾਸ਼ਟਰਪਤੀ ਇਸ ਦੇਸ਼ ਦਾ ਜੀ ਮੈਂ ਲੜੂੰਗਾ ਉਹਨੇ ਲੜਾਈ ਨਵੇਂ ਸਿਰੇ ਤੋਂ ਸ਼ੁਰੂ ਕਰਦੇ ਆ ਅਹਿਮਦ ਸ਼ਾਹ ਮਸੂਦ ਦਾ ਪੁੱਤਰ ਜਿਹੜਾ ਅਹਿਮਦ ਮਸੂਦ ਉਹਦੇ ਨਾਲ ਜੁੜ ਗਿਆ ਉਧਰੋਂ ਅਮਰੀਕਾ ਵਾਲਿਆਂ ਨੇ ਕੋਈ 900 ਕਰੋੜ ਡਾਲਰ ਤੋਂ ਵੱਧ ਇਹਨਾਂ ਦੇ ਪੈਸੇ ਅਫਗਾਨਿਸਤਾਨ ਦੇ ਉਹਦੀਆਂ ਬੈਂਕਾਂ ਚ ਰਿਜ਼ਰਵ ਜੀ ਜੀ ਉਹਨਾਂ ਨੇ ਸਾਰੇ ਨਾਪਲੇ 450 ਕਰੋੜ ਡਾਲਰ ਤੋਂ ਵੱਧ ਇਹਨਾਂ ਕੋਲ ਵਰਲਡ ਬੈਂਕ ਕੋਲ ਪੈਸੀ ਉਹਨਾਂ ਰੋਕ ਲਈ ਜਰਮਨੀ ਨੇ ਉਹਦੀ ਜਿਹੜੀ ਮਦਦ ਭੇਜਣੀ ਸੀ ਉਹਨਾਂ ਰੋਕ ਲਈ ਬ੍ਰਿਟਾਨੀਆ ਨੇ ਆਖਿਆ ਸੀ ਨਾ ਮੰਨਤਾ ਦੇਣੀ ਇਹਦੇ ਨਾ ਸੀ ਕੁਮਤ ਦੇਣੀ ਉਹਨਾਂ ਰੋਕ ਲਈ ਜਿਹੜਾ ਉੱਥੋਂ ਦਾ ਸੈਂਟਰਲ ਬੈਂਕ ਹੈ ਅਫਗਾਨਿਸਤਾਨ ਦਾ ਜਿੱਦਾਂ ਸਾਡਾ ਰਿਜ਼ਰਵ ਬੈਂਕ ਆਫ ਇੰਡੀਆ ਕਰੰਸੀ ਸਾਰੇ ਕੁਝ ਨੂੰ ਜਿਹੜਾ ਕੰਟਰੋਲ ਕਰਦਾ ਉਹਦੇ ਮੁਖੀ ਨੇ ਕਹਿਤਾ ਕਿ ਨਹੀਂ ਜੀ ਕਾਣੀ ਕੋੜੀ ਨਹੀਂ ਸਾਡੇ ਕੋਲ ਫਾਰਨਿਕਰੰਸੀ ਸਾਡੇ ਕੋਲ ਕੋਈ ਨਹੀਂ ਵਿਦੇਸ਼ਾਂ ਨਾਲ ਅਸੀਂ ਕੋਈ ਲੈਣ ਦੇਣ ਨਹੀਂ ਕਰ ਸਕਦੇ ਅੰਦਰ ਸਾਡੇ ਪੱਲੇ ਕੱਖ ਨਹੀਂ ਇਸ ਕਰਕੇ ਅਗਲੇ ਦਿਨਾਂ 'ਚ ਕੋਈ ਵੀ ਹਾਲਾਤ ਬਣ ਸਕਦੇ ਆ ਮਹਿੰਗਾਈ ਵੀ ਵਧੇਗੀ ਮਹਿੰਗਾਈ ਦਾ ਮਤਲਬ ਕੱਲ ਨੂੰ ਭੁੱਖ ਮਰੀ ਵੀ ਹੋ ਸਕਦੀ ਹੈ ਜੀ ਇਹ ਸਰਕਾਰ ਚਲਨੀ ਔਖੀ ਹੋਵੇਗੀ ਪਾਕਿਸਤਾਨ ਮਦਦ ਕਰ ਸਕਦਾ ਹੈ ਪਾਕਿਸਤਾਨ ਦੇ ਆਪਣੇ ਪੱਲੇ ਕੱਖ ਨਹੀਂ ਉਹ ਪੰਜਾਬੀ ਦੇ ਮੁਹਾਵਰੇ کارਖਾਨੇ ਨੂੰ ਨਹੀਂ ਮਾਂ ਪੀਣ ਗਈ ਹੈ ਜੀ ਉਹਨਾਂ ਦੇ ਆਪਣੇ ਪੱਲੇ ਕੱਖ ਨਹੀਂ ਦੀ ਕੀ ਮਦਦ ਕਰਨਗੇ ਬਹੁਤ ਕਸੂਤੇ ਹਾਲਾਤ ਵਿੱਚ ਉਥੇ ਸਰਕਾਰ ਫਸੀ ਹੈ ਜਿਹੜਾ ਟਕਰਾਅ ਚੱਲਦਾ ਪਿਆ ਉਸ ਟਕਰਾਅ ਦੇ ਵਿੱਚ ਕੱਲ ਨੂੰ ਕੋਈ ਇਹੋ ਜਿਹੇ ਸਿੱਟੇ ਵੀ ਨਿਕਲ ਸਕਦੇ ਆ ਕਿ ਖਾਨਾ ਜੰਗੀ ਕੱਲੇ ਕਾਬਲ ਤੱਕ ਸੀਮਤ ਨਾ ਰਵੇ ਪੰਜਸ਼ੀਰ ਘਾਟੀ ਤੇ ਪਹਿਲੇ ਕਦੇ ਕਿਸੇ ਦੇ ਦਬਾਅ ਚ ਨਹੀਂ ਆਈ ਉਹ ਤਾਂ ਰੂਸੀਆਂ ਨਾਲ ਵੀ ਲੜਦੇ ਰਿਹਾ ਸੀ ਅਮਰੀਕਨਾਂ ਨਾਲ ਵੀ ਲੜਦੇ ਰਿਹਾ ਸੀ ਹੁਣ ਉਹ ਕਹਿੰਦੇ ਜੀ ਤਾਲਿਬਾਨ ਦੇ ਨਾਲ ਵੀ ਲੜਾਂਗੇ ਜੀ ਜੇ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਤੇ ਉਹ ਲੜਾਈ ਇਸ ਤਰ੍ਹਾਂ ਦੀ ਵਿੱਡ ਕੇ ਬਹਿ ਜਾਣ ਬਹੁਤ ਲੋਕਾਂ ਨੂੰ ਪਤਾ ਨਹੀਂ ਕਿ ਤਾਜਿਕਿਸਤਾਨ ਦੇ ਵਿੱਚ ਅਸ਼ਰਫ ਗਨੀ ਰਾਸ਼ਟਰਪਤੀ ਦੇ ਜਿਹੜੇ ਉਹ ਤੁਹਾਡੇ ਅਫਗਾਨ ਐਮਬੈਸੀ ਦੇ ਵਿੱਚ ਫੋਟੋ ਲੱਗੀਆਂ ਸੀ ਉਹ ਲਾ ਕੇ ਪਾੜ ਦਿੱਤੀਆਂ ਉਹਦੀ ਥਾਂ ਤੇ ਉਪਰ ਰਾਸ਼ਟਰਪਤੀ ਉਮਰੁੱਲਾ ਸਾਲੇ ਜਿਹੜਾ ਐਸ ਵੇਲੇ ਆਪਣੇ ਆਪ ਨੂੰ ਕਾਰਜਕਾਰੀ ਰਾਸ਼ਟਰਪਤੀ ਕਹਿੰਦਾ ਉਹਦੀਆਂ ਫੋਟੋ ਲਾਤੀਆਂ ਉਸ ਦੇਸ਼ ਦੇ ਵਿੱਚ ਤਾਜਿਕਤਾਨ ਦੀ ਸਰਕਾਰ ਦੀ ਮਰਜ਼ੀ ਤੋਂ ਥੋੜਾ ਬਗਿਆਰਤਾ ਲੱਗ ਸਕਦੀ ਹੈ ਜੀ ਤੇ ਤਾਜਿਕਤਾਨ ਦੀ ਮਰਜ਼ੀ ਉਹ ਆ ਜੋ ਰੂਸਵਾਂ ਦੀ ਮਰਜ਼ੀ ਹੈ ਇਹਦਾ ਮਤਲਬ ਪਿੱਛੋਂ ਕੁਝ ਨਾ ਕੁਝ ਇਸ਼ਾਰੇ ਇਸ ਤਰ੍ਹਾਂ ਦੇ ਮਿਲਦੇ ਆ ਕਿ ਉਮਰੁੱਲਾ ਸਾਲੇ ਐਸ ਵੇਲੇ ਉੱਤਰ ਦੇ ਵਿੱਚ ਆ ਕੇ ਇਥੋਂ ਜਿਹੜਾ ਨਾਰਦਰਨ ਅਲਾਈਅੰਸ ਬਣਾ ਕੇ ਲੜਾਈ ਪੰਜਸ਼ੀਰ ਘਾਟੀ ਤੋਂ ਸ਼ੁਰੂ ਕਰਦਾ ਪਿਆ ਉਹਦੇ ਪਿੱਛੇ ਤੇ ਕੋਈ ਹੈਗਾ ਕਟਾ ਕਿਲੇ ਦੇ ਜੋਰ ਤੇ ਟਿੰਗੜਦਾ ਹੁੰਦਾ ਜੀ ਐਵੇਂ ਨਹੀਂ ਇਸ਼ਾਰੇ ਤਾਂ ਪੰਸਾ ਪਤਾ ਨਹੀਂ ਕਿੱਧਰ ਕਿੱਧਰ ਜਾਣਗੇ ਪਰ ਇੰਨਾ ਜ਼ਰੂਰ ਹੈ ਹਾਲਾਤ ਖਰਾਬ ਹੋ ਰਿਹਾ ਤੁਸੀਂ ਖਬਰਾਂ ਤੇ ਚਰਚਾ ਕੀਤੀ ਬਹੁਤ ਬਹੁਤ ਧੰਨਵਾਦ ਸੋ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਵੇਲਾ ਆ ਗਿਆ ਹੁਣ ਮੈਨੂੰ ਨਵਜੀਤ ਨੂੰ ਦੀ ਇਜਾਜ਼ਤ ਦੇਖਦੇ ਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ